ਜਿਹੜਾ ਮਹਾਰਾਜ ਸਰੂਪ ਅਗਨੀ ਭੇਟ ਹੋਇਆ ਵਾ ਤੇ ਗੁਰਕਾ ਸਾਹਿਬ ਭੇਟ ਹੋਇਆ ਵਾ ਇਹ ਬਰਾਜਮਾਨ ਸੀ ਕਿ ਜਿੱਥੇ ਆਪਾਂ ਸਾਈਡ ਦੇ ਉੱਤੇ ਇੱਕ ਆਪਾਂ ਗੁਰੂ ਸਾਹਿਬ ਦਾ ਸਤਿਗੁਰੂ 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 ਇੱਕੋ ਹੀ ਸਰੂਪ ਸੀ ਉੱਥੇ ਬਰਾਜਮਾਨ ਸੀ ਕਿ ਹਾਂ ਜੀ ਇੱਕ ਗੁਰਕਾ ਸੀ ਇੱਕ ਤਾਂ ਤਾਂ ਸਾਹਿਬ ਜੀ ਗ੍ਰੰਥ ਸਾਹਿਬ ਜੀ ਜੀ ਇੱਕ ਜਲਦੀ ਜਲਦੀ ਹੋ ਗਈ ਜੀ ਦੋਨੇ ਅਗਲੇ ਭੇਟ ਹੋ ਗਏ ਪੂਰੀ ਤਰ੍ਹਾਂ ਜੀ ਨਹੀਂ ਪੂਰੀ ਤਰ੍ਹਾਂ ਦੇ ਵਿੱਚੋਂ ਕੱਢ ਲਿਆ ਸੀ ਗੁਰੂ ਨੇ ਅੱਛਾ ਜੀ ਹਾਂ ਤੇ ਹੁਣ ਉਹ ਸਰੂਪ ਕਿੱਥੇ ਨੇ ਜੀ ਉਹ ਹੈ ਗੋਇੰਦਵਾਲ ਸਾਹਿਬ मैं तरलोचन सिंह गिल्ला अज असी पहुंचे हाँ जी मोगे के नज़दीक पिंड हेरा जिथे कि दो दिन पहला एक मंदभागी घटना वापरी आ गुरु साहब का सरूप आ जिहड़ा वो अग्नि भेंट हो जाता शॉर्ट सर्कट के नाल एक छोटा जिहा गुरद्वारा भाईचारे वालों सांभ संभाल की जाती है इत्थे वो भाईचारा भी साढ़े नाल आ मैं इत्थे क्यों चल के आया लुधियाने तो इस करके आया कि साढ़े कुछ दिन पहला देश का प्रधानमंत्री स्टेज उत्ते खड़ के इन्नी गल कहिंदा कि गुरु गोबिंद सिंह जी ने रामायण लिखी सी एक सबका जथेदार पटना साहब का इकबाल सिंह मेरा कहण नूं जी नहीं करता इकबाल सिंह यह गल कहिंदा कि गुरु गोबिंद सिंह जी ते साडे गुरु ने जिहड़े लव कुश की औलाद ने सानू साबत कुछ होर करन लगे हुए ने यह इतिहास गवाह आ जिहड़े मेजोरिटी आ ਉਹ ਮਾਈਨੋਰਟੀ ਨੂੰ ਹਮੇਸ਼ਾ ਦਬਾ ਕੇ ਰੱਖਦੀ ਆ ਜਿਸ ਤਰ੍ਹਾਂ ਇਹਨਾਂ ਨੇ ਜੈਨ ਧਰਮ ਬੁੱਧ ਧਰਮ ਈਸਾਈ ਧਰਮ ਨਿਗਲ ਲਿਆ ਹੁਣ ਕੋਸ਼ਿਸ਼ਾਂ ਚੱਲ ਰਹੀਆਂ ਨੇ ਸਾਡੇ ਸਿੱਖ ਧਰਮ ਨੂੰ ਨਿਗਲਣ ਦੀਆਂ ਜੇਕਰ ਅਸੀਂ ਅਵੇਅਰ ਜਾਂ ਜਾਗਰੂਕ ਨਾ ਹੋਏ ਤਾਂ ਉਹ ਸਮਾਂ ਬਹੁਤ ਹੀ ਦੂਰ ਨਹੀਂ ਜਦੋਂ ਸਾਡੇ ਬੱਚਿਆਂ ਦੇ ਸਿਰਾਂ 'ਤੇ ਦਸਤਾਰਾਂ ਅਤੇ ਸਾਡੇ ਮੂੰਹਾਂ ਦੇ ਉੱਤੇ ਕੇਸ ਨਹੀਂ ਹੋਣਗੇ ਅਤੇ ਸਾਨੂੰ ਇਹ ਸਾਬਤ ਕਰ ਦਿੱਤਾ ਜਾਊਗਾ ਕਿ ਆਹ ਤੁਹਾਡਾ ਇਤਿਹਾਸ ਆ ਤੁਸੀਂ ਤਾਂ ਇਸ ਧਰਮ ਦੇ ਹੋ ਤੁਹਾਡੇ ਗੁਰੂ ਇੱਦਾਂ ਦੇ ਸੀ पर सानू अज अवेयर होना पऊगा सानू जागरूक होना पऊगा जदों देश का एक जिम्मेवार प्रधानमंत्री इन्ना बड़ा बयान दे सकदा जिहड़े साडे सिक्खी दे जत्थेदार अपने आप नूं ठेकेदार कहाउंदे ने उह उस टाइम मूँह क्यों नहीं खोलदे क्यों उन्हां दे मूँहां दे विच घुंगणियां पै जांदियां ने इस गल का जवाब मैं साडी जनता वा जिहड़ी साडी कौम आ उहनूं भी कहिंदा कि मंगिया करो यह ना होवे कि तुहाडे आउण वाले समें दे विच बच्चे ਤੁਹਾਨੂੰ ਗਲ ਤੋਂ ਫੜ ਕੇ ਕਹਿਣ ਕਿ ਪਿਤਾ ਜੀ ਜਾਂ ਬਾਪੂ ਜੀ ਉਸ ਟਾਈਮ ਤੁਹਾਡੀਆਂ ਜਵਾਨਾਂ ਕਿਉਂ ਬੰਦ ਸੀ ਜਦੋਂ ਸਾਨੂੰ ਆਹ ਸਾਬਤ ਕਰਤਾ ਸੀਗਾ ਉਹਨਾਂ ਨੇ ਇਸੇ ਤਹਿਤ ਇਸ ਪਿੰਡ ਦੇ ਵਿੱਚ ਆਇਆ ਵਾਂ ਗੱਲ ਕਰਨ ਵਾਸਤੇ ਘਟਨਾ ਕੀ ਹੋਈ ਆ ਸਾਰੀ ਅਸੀਂ ਦੋ ਦਿਨ ਪਹਿਲਾਂ ਇਹ ਖਬਰ ਚਲਾਈ ਸੀ ਪਰ ਥੱਲੇ ਦਰਸ਼ਕਾਂ ਦੇ ਬੜੇ ਕਮੈਂਟ ਸੀਗੇ ਵੱਖੋ ਵੱਖਰੀ ਤਰ੍ਹਾਂ ਦੇ ਉਹ ਜਾਣਨਾ ਚਾਹੁੰਦੇ ਸੀ ਕਿ ਹੋਇਆ ਅਸਲ ਦੇ ਵਿੱਚ ਕੀ ਆ ਜਿਹੜੀ CCTV ਕੈਮਰੇ ਦੀ ਫੁਟੇਜ ਆ ਉਹ ਕਿਉਂ ਨਹੀਂ ਨਾਲ ਲਗਾਈ ਗਈ ਕੀ ਕੋਈ ਕਿਸੇ ਕਾਰਨ ਤਾਂ ਨਹੀਂ ਲਗਾਈ ਗਈ ਇਹ ਸਪਸ਼ਟ ਕੀਤਾ ਜਾਵੇ ਮੈਨੂੰ ਸਾਡੇ ਅਦਾਰੇ ਵੱਲੋਂ ਸਪੈਸ਼ਲ ਲੁਧਿਆਣੇ ਤੋਂ ਡਿਊਟੀ ਲਗਾ ਕੇ ਭੇਜਿਆ ਗਿਆ ਕਿ ਤੁਸੀਂ ਜਾ ਕੇ ਪੂਰੀ ਜਾਂਚ ਪੜਤਾਲ ਕਰਕੇ ਆਓ ਕਿ ਮਸਲਾ ਹੈ ਕੀ ਆ ਸਰਪੰਚ ਸਾਹਿਬ ਦੇ ਨਾਲ ਵੀ ਗੱਲ ਹੋਈ ਆ ਉਹ ਵੀ ਆ ਰਹੇ ਨੇ ਉਹਨਾਂ ਸਮਾਂ ਮੈਂ ਉਸ ਭਾਈ ਸਾਹਿਬ ਜੀ ਨਾਲ ਗੱਲ ਕਰਦਾ ਜਿਹੜੇ ਉਸ ਟਾਈਮ ਇੱਥੇ ਡਿਊਟੀ 'ਤੇ ਸੀਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸ਼ੁਭ ਨਾਮ ਜੀ ਆਪਣਾ ਗੁਰਸੇਵ ਸਿੰਘ ਘਟਨਾ ਹੋਈ ਕੀ ਉਦੋਂ ਰਾਜ ਮੈਨੂੰ ਨਾਮ ਘਰੇਲੂ ਕੰਮ ਸੀਗਾ ਕੀ ਕੰਮ ਸੀ ਜੀ ਘਰੇਲੂ ਪੈਸਾ ਦੇ ਰਿਹਾ ਸੀਗਾ ਕਿਸੇ ਦਾ ਜ਼ਿੰਮੇਦਾਰੀ ਮੇਰੀ ਸੀ ਕਿਸੇ ਦੇ ਪੈਸੇ ਤੋਂ ਨਹੀਂ ਸੀ
ਤੁਸੀਂ ਕਿਸੇ ਨੂੰ ਪੈਸੇ ਪਾ ਰਹੇ ਸੀ? ਹਾਂ ਜੀ। ਅੱਛਾ ਜੀ, ਉਹ ਬੰਦੇ ਨੇ ਕਰਾਰ ਕੀਤਾ ਸਾਡੇ ਨਾਲ ਮੌਕੇ ਤੇ ਪਹੁੰਚਿਆ ਜੀ। 20 ਤਰੀਕ ਦਾ ਕਰਾਰ ਸੀ, 21 ਨੂੰ ਆਰਡਰ ਚਲਾ ਗਿਆ ਜੀ। ਕੀ ਨਾਮ ਉਸ ਬੰਦੇ ਦਾ? ਕੀ ਨਾਮ ਜੀ? ਰਣਜੀਤ ਸਿੰਘ ਜੀ। ਉਹ ਪੈਸੇ ਤੁਸੀਂ ਦਵਾਏ ਹੋਏ ਨੇ? ਹਾਂ ਜੀ। ਅੱਛਾ ਜੀ, ਅਤੇ ਸਵੇਰ ਨੂੰ 6:30 ਵਜੇ ਮੈਂ ਉੱਧਰ ਚਲਾ ਗਿਆ ਜੀ। ਆਪਣਾ ਬੇਟਾ ਇੱਥੇ ਸੀਗਾ। ਅੱਛਾ ਜੀ। ਇਹਨਾਂ ਨੇ ਮੈਂ ਕਲੇਮ ਕਰਕੇ ਜੀ ਬਣ ਗਿਆ, ਫੜ ਗਿਆ ਜੀ। ਬਾਕੀ ਰਹਿੰਦਾ ਮੈਂ ਕਲੇਮ ਨਹੀਂ ਕੀਤਾ ਜੀ। ਉਦੋਂ ਬਾਅਦ ਵਿੱਚ ਮੂਹਰੇ ਸਫਾਈ ਕਰਨ ਲੱਗ ਗਿਆ ਪੂਰੀ ਘਰ ਦੀ, ਘਰ ਤੋਂ ਕੱਟਿਆ ਕੁੱਟਿਆ ਲੱਗ ਕੇ ਸਵਾਲ ਲੱਗ। ਬੇਟਾ ਤੁਹਾਡਾ? ਹਾਂਜੀ। ਕਿੰਨੇ ਸਾਲ ਦਾ ਜੀ? ਮੇਰਾ 11-17 ਸਾਲਾਂ ਦਾ। 12ਵੀਂ ਪਾਸ ਕੀਤੀ। ਪਾਠ ਕਰ ਲਏਗਾ? ਹਾਂਜੀ। ਅੱਛਾ ਜੀ। ਅਤੇ ਇਹਨੇ ਫਿਰ ਪੱਖਾ ਨਹੀਂ ਬੰਦ ਕੀਤਾ, ਜਿਹੜੇ ਕੱਲ੍ਹ ਮੁੜ ਕੇ ਇੱਥੇ ਆਈ ਜਾਣਾ ਨੇ। ਅੱਗੇ ਅਸੀਂ ਰਾਤ ਨੂੰ ਪੱਖੇ ਬੰਦ ਕਰ ਦਿੰਦੇ ਹਾਂ, ਸਵੇਰ ਨੂੰ ਨਿਪਲੇ ਕਰਕੇ ਉੱਥੇ ਬੰਦ ਕਰ ਦਿੰਦੇ। ਸੋ ਮਿਲੀ ਫਿਰ ਕਿ ਸਾਨੂੰ ਕਹਿ ਕੇ ਗਏ ਸੀ, ਉਹਦੇ ਮੁਤਾਬਕ ਹੀ ਅਸੀਂ ਸਾਰਾ ਇਹ ਕਰੀ ਜਾਂਦੇ ਸੀ। ਅਤੇ ਉਹਦੇ ਬੇਟੇ ਤੋਂ ਪੱਖਾ ਚੱਲਦਾ ਰਹਿ ਗਿਆ। ਬਾਅਦ 'ਚ ਇਹ ਜਦੋਂ ਰੋਟੀ ਪਾਣੀ ਖਾ ਕੇ ਆਉਣਾ ਸੀ, ਇਕੱਠੇ ਵੀ ਲਿਆਉਣੇ ਸੀ ਘਰ ਦੇ, ਇਕੱਠੇ ਲਿਆ ਕੇ ਜਦੋਂ ਇੱਧਰ ਨੂੰ ਆਉਣ ਲੱਗਾ, ਇਹ ਨਾਲ ਦੇ ਮੁੰਡੇ ਨੂੰ ਕਿਹਾ ਵੀ ਚੱਲ ਗਿਆ ਆਪਾਂ ਗੁਰੂ ਘਰ ਦੀ ਸੇਵਾ ਕਰਨੀ। ਉਹ ਢਿੱਲਾ ਸੀਗਾ, ਉਹ ਕਹਿੰਦਾ ਮੈਂ ਦਵਾਈ ਲਿਆ ਵਾ, ਉਹ ਵੀ ਮਾੜਾ ਜਿਹਾ ਲੱਗ ਗਿਆ। ਉਦੋਂ ਨੇ ਪਾਉਣਾ। ਤੁਹਾਨੂੰ ਇੱਥੇ ਡਿਊਟੀ ਕਰਦੇ ਨੂੰ ਕਿੰਨੇ ਸਾਲ ਹੋ ਗਏ ਜੀ? ਤਕਰੀਬਨ ਹੋ ਗਏ ਹੋਗੇ 25। 25 ਸਾਲ ਇਸੇ ਪਿੰਡ ਦੇ ਵਾਸੀ? ਪਿੰਡ ਦੇ ਵਾਸੀ। ਤੁਹਾਡੀ ਉਮਰ ਕਿੰਨੀ ਹੈ? ਉਮਰ ਮੇਰੀ 52-52 ਸਾਲ ਹੋ ਗਈ। ਅੱਛਾ ਜੀ। ਅਤੇ ਜਿਹੜੇ ਉਸ ਦਿਨ ਤੁਸੀਂ ਚਲੋ ਕਹਿੰਦੇ ਹੋ ਮੈਂ ਚਲੇ ਗਿਆ, ਅੱਗੇ ਵੀ ਇੱਥੋਂ ਤੁਸੀਂ ਚਲੇ ਜਾਂਦੇ ਜਿੰਦਾ ਲੱਗ? ਹਾਂਜੀ, ਅੱਗੇ ਵੀ ਚਲੇ ਜਾਂਦੇ ਜੀ। ਇੱਥੇ ਲਾਉਣ ਦੇ ਅੱਜ ਕੱਲ੍ਹ ਜਿਲ੍ਹੇ ਕੌਣ ਹੁੰਦਾ? ਜਿਲ੍ਹੇ ਅੱਗੇ ਤਾਂ ਇੱਥੇ ਬਜ਼ੁਰਗ ਹੁੰਦੇ ਸੀ, ਉਹ ਕਹਿਣ ਲੱਗ ਗਏ ਜਾ ਕੇ ਧਰਮ ਕੋਲ। ਸਾਲ ਕੁ ਉਹਨਾਂ ਨੂੰ ਹੋ ਗਿਆ ਜੀ, ਹੋਰ ਸੀਗੇ ਮਿਸਤਰੀ ਸਾਹਿਬ ਸੀਗੇ। ਅੱਛਾ ਜੀ। ਉਹ ਇੱਥੇ ਰਹਿੰਦੇ 24 ਦਿਨ। ਅਤੇ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਕਿਸੇ ਬੰਦੇ ਦੀ ਡਿਊਟੀ ਨਹੀਂ ਲਾਈ ਹੋਈ ਕਿ ਇੱਥੇ ਬੰਦਾ ਇੱਕ ਵਾਰ ਮੌਜੂਦ ਰਹੇ? ਨਹੀਂ ਜੀ, ਇੱਥੇ ਹੋਰ ਕੋਈ ਸੇਵਾਦਾਰ ਨਹੀਂ। ਅੱਛਾ ਜੀ, ਤੁਸੀਂ ਇਕੱਲੇ ਹੋ? ਹਾਂ ਜੀ। ਸਵੇਰੇ ਸ਼ਾਮ ਕਾਰ ਕਰਦੇ ਹੋ? ਨਾਲ ਕੋਈ ਹੋਰ ਕੰਮ ਵੀ ਕਰਦੇ ਹੋ? ਹਾਂ ਜੀ, ਘਰੇਲੂ ਕੰਮ ਆਪਣਾ, ਦਿਹਾੜੀ ਦਾ ਦਿਹਾੜੀ ਵੀ ਮੈਨੂੰ ਜਾਣਾ ਪੈਂਦਾ ਜੀ। ਹਾਂ ਜੀ। ਅਤੇ ਜਿਹੜੀ ਉਸ ਦਿਨ ਘਟਨਾ ਹੋਈ ਤੁਸੀਂ ਦੱਸਿਆ, ਇੱਥੇ ਕੈਮਰੇ ਲੱਗੇ ਹੋਏ ਸੀ? ਹਾਂ ਜੀ, ਕੈਮਰੇ ਲੱਗੇ ਸੀ। ਉਹਦੀ ਫੁਟੇਜ ਹੈਗੀ? ਹਾਂ ਜੀ। ਤੁਹਾਡੇ ਫੋਨ 'ਚ ਹੈਗੀ ਹੈ ਕਿਤੇ? ਹੈਗੀ ਆ। ਮੈਂ ਫੋਨ ਤੁਹਾਨੂੰ ਕੋਲ ਛੋਟਾ ਹੀ ਆਪਣੇ LCD ਦੇ ਵਿੱਚ। LCD ਦੇ ਵਿੱਚ ਹੈਗੀ ਆ। ਅਤੇ ਤੁਸੀਂ ਜਦੋਂ ਆਏ ਹੋ ਉੱਥੋਂ, ਤੁਹਾਨੂੰ ਬੁਲਾਇਆ ਗਿਆ ਕਿ ਤੁਸੀਂ ਆਪਣੇ ਆਪ ਹੀ ਇੱਥੇ ਆਏ? ਨਹੀਂ ਜੀ, ਮੇਰੇ ਬੇਟੀ ਨੇ ਫੋਨ ਲਾਇਆ ਮੈਨੂੰ ਜੀ, ਲੋਕ ਘਰੋਂ ਚਾਬੀਆਂ ਲੈ ਕੇ ਆਏ, ਪਤਾ ਲੱਗਿਆ ਇੱਥੇ ਜੀ। ਪਤਾ ਕਿਵੇਂ ਲੱਗਿਆ? ਪਤਾ ਜੀ, ਆਪਣੇ ਗੁਆਂਢੀ ਮੁੰਡਾ ਸੀਗਾ ਜੀ, ਗੁਆਂਢੀਆਂ ਦਾ ਮੁੰਡੇ ਨੇ ਵੇਖਿਆ ਤੂੰ ਆਣ ਤੋਂ ਜੀ। ਇੱਥੇ ਹੈਗਾ ਜੀ ਮੁੰਡਾ? ਜਿਹੜਾ ਮਹਾਰਾਜ ਸਰੂਪ ਅਗਨੀ ਭੇਟ ਹੋਇਆ ਵਾ ਤੇ ਗੁਟਕਾ ਸਾਹਿਬ ਭੇਟ ਹੋਇਆ ਵਾ, ਇਹ ਬਰਾਜਮਾਨ ਸੀ ਕਿ ਜਿੱਥੇ ਆਪਾਂ ਸਾਈਡ ਦੇ ਉੱਤੇ ਇੱਕ ਬਰਾਜਮਾਨ ਸੀਗੇ? ਹਾਂ ਜੀ, ਇੱਕ ਗੁਟਕਾ ਸੀਗਾ, ਇੱਕ ਧੰਨ ਧੰਨ ਸਾਹਿਬ ਜੀ, ਗ੍ਰੰਥ ਸਾਹਿਬ ਜੀ ਜੀ, ਇੱਕ ਜਲਦੀ ਜਲਦੀ ਕੋਠੀ ਜੀ ਜੀ। ਦੋਨੇ ਅਗਨੀ ਭੇਟ ਹੋ ਗਏ ਪੂਰੀ ਤਰ੍ਹਾਂ ਜੀ? ਨਹੀਂ, ਪੂਰੀ ਤਰ੍ਹਾਂ ਦੇ ਵਿੱਚੋਂ ਕੱਢ ਲਿਆ ਸੀ ਮੁੰਡੇ। ਅੱਛਾ ਜੀ। ਹਾਂ ਜੀ। ਅਤੇ ਹੁਣ ਉਹ ਸਰੂਪ ਕਿੱਥੇ ਨੇ ਜੀ? ਉਹ ਹੈ ਗੋਇੰਦਵਾਲ ਸਾਹਿਬ। ਕੌਣ ਲੈ ਕੇ ਗਿਆ ਜੀ? ਉਹ ਜੀ ਆਪਣੇ ਸਤਿਕਾਰ ਕਮੇਟੀ ਵਾਲੇ। ਸਤਿਕਾਰ ਕਮੇਟੀ ਵਾਲੇ ਆਏ ਸੀ ਕਿ ਕੌਣ ਆਇਆ ਸੀਗਾ ਜੀ? ਨੇੜੇ ਤੇੜੇ ਗੁਰਦੁਆਰੇ ਪਿੰਡ ਦੇ ਵਿੱਚ ਕਿਤੇ ਕੋਈ ਸਰੂਪ ਚੋਰੀ ਹੋਇਆ ਹੋਇਆ ਜਾਂ ਨਹੀਂ ਭੇਜਿਆ? ਨਾ ਜੀ, ਨਹੀਂ ਕੋਈ, ਸਾਡੇ ਪਹਿਲੀ ਵਾਰੀ ਹੋਈ ਹੈ, ਪਹਿਲੀ ਵਾਰ ਜੀ। ਸੋ ਦੇਖਦੇ ਆ, ਸਰਪੰਚ ਸਾਹਿਬ ਵੀ ਆ ਗਏ ਨੇ, ਮੈਂ ਉਹਨਾਂ ਨੂੰ ਕਹੂੰਗਾ ਸਰਪੰਚ ਸਾਹਿਬ ਜੀ ਆ ਜਾਓ ਇੱਧਰ ਆ ਜਾਓ। ਇਹਨਾਂ ਨੇ ਦੱਸਿਆ ਕਿ ਮੈਂ 25 ਸਾਲ ਤੋਂ ਇੱਥੇ ਸੇਵਾ ਕਰਦਾ ਪਰ ਕਦੇ ਇੱਦਾਂ ਦੀ ਕੋਈ ਘਟਨਾ ਵਾਪਰੀ ਨਹੀਂ ਹੈ। ਅਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਮੈਂ ਉਸ ਦਿਨ ਕੰਮ ਗਿਆ ਸੀਗਾ, ਮੈਂ ਉਹ ਕੰਮ ਵੀ ਇਸੇ ਕਰਕੇ ਪੁੱਛਿਆ ਕਿ ਦਰਸ਼ਕਾਂ ਨੂੰ ਕੋਈ ਭੁਲੇਖਾ ਨਾ ਰਹੇ ਕਿ ਜਾਣ ਬੁੱਝ ਕੇ ਬਾਬਾ ਜੀ ਸਾਈਡ 'ਤੇ ਹੋ ਗਏ ਜਾਂ ਕੋਈ ਇੱਦਾਂ ਦੀ ਗੱਲ ਹੋ ਗਈ। ਮੈਂ ਇਸੇ ਕਰਕੇ ਕਲੀਅਰ ਪੁੱਛਿਆ, ਉਹਨਾਂ ਨੇ ਕਿਹਾ ਕਿ ਰਣਜੀਤ ਸਿੰਘ ਨਾਮ ਦਾ ਵਿਅਕਤੀ ਆ ਜਿਹਨੂੰ ਕੋਈ ਮੈਂ ਪੈਸੇ ਦਾ ਲੈਣ ਦੇਣ ਸੀ, ਉਹ ਮੈਂ ਕਲੀਅਰ ਕਰਨ ਵਾਸਤੇ ਬਠਿੰਡੇ ਗਿਆ ਸੀ। ਸਰਪੰਚ ਸਾਹਿਬ, ਤੁਹਾਨੂੰ ਕਦੋਂ ਪਤਾ ਲੱਗਿਆ ਇਸ ਚੀਜ਼ ਬਾਰੇ? ਤੁਸੀਂ ਮੌਜੂਦਾ ਸਰਪੰਚ ਹੋ ਹੈ ਨਾ?
कि कदे पहला इदां दा तां नहीं कुछ होया जां इत्थों कोई छेड़खानी कदे होई होवे गुरद्वारा साहब च कोई गुटका साहब नाल जां सूत दे नाल कोई नहीं वीर जी इदां दी गल्लां कदे नहीं होंदी आ जिहड़ा मैं अंदर रंग वगैरा सारा कुछ देख रहा जी एकदम ही करना शुरू हो गया कदे श्रोमणी कमेटी तो जिहड़ा हैगा स्वरूप ओहदे नाल ही हजे इदां चलेगा असीं आस रखीए कि आने वाले समय दे विच जिहड़ी आ दुखदाई घटना हुई आ इहदे बचाव दे लई कोई इदां दा प्रबंध तुसीं पहलां करके रखो कि इह मंदभागी इदां दी घटना ना होवे क्योंकि भैन जी मैं तुहानूं इह गल तां पुछी आ जदों पिछे ते गुरु साहिब दीआं बेअदबीआं दा दौर चलिआ ना जी उदों 83 गुरद्वारे इदां दे सीगे कि जिहड़े साडे एससी भाईचारे दे गुरद्वारे सीगे ते छोटे गुरद्वारे सी उत्थे सरूपां दीआं बेअदबीआं बहुत ज़्यादा होईआं सी क्योंकि उहदा कारण इह सी कि उत्थे प्रबंधक नहीं सीगा कोई कैमरे वगैरह जां किद्दां हुण इत्थे तां चलो इह दस्सदे ने कि कैमरे लगे होए सीगे उह क्लीयर हो जूगा सो असीं आस रखीए कि आने वाले समय च कोई इदां दी घटना दुबारा नहीं वापरू सो बाबा जी नूं सुणन दे विच कोई इदां दी लग्गिआ कि मैं उस बेअदबीआं दे दौर दे विच कहा कि टोटल बेअदबीआं जिहड़ीआं होईआं ने उह बहुत ज़्यादा होईआं सी ਉਹਦੇ ਵਿੱਚ ਕੋਈ ਵੱਡੇ ਗੁਰਦੁਆਰੇ ਵੀ ਸੀ ਬਹੁਤ ਸਾਰੇ ਇੱਦਾਂ ਦੇ ਗੁਰਦੁਆਰੇ ਸੀ ਜਿੱਥੇ ਪ੍ਰਬੰਧ ਬਹੁਤ ਵਧੀਆ ਸੀ ਪਰ ਸ਼ਰਾਰਤਾਂ ਹੋਈਆਂ ਸੀ ਵਰਗਾੜੀ ਦੇ ਵਿੱਚ ਹੋਇਆ ਬਹਿਬਲ ਕਲਾਂ ਦੇ ਵਿੱਚ ਹੋਇਆ ਦੋ ਸਿੰਘ ਸ਼ਹੀਦ ਹੋਏ ਨੇ ਧਰਨੇ ਦੇ ਉੱਤੇ ਪ੍ਰਸ਼ਾਸਨ ਵੱਲੋਂ ਬੈਠਿਆਂ ਦੇ ਉੱਤੇ ਡਾਂਗਾਂ ਮਾਰੀਆਂ ਗਈਆਂ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਕੀ ਉਹ ਮੰਗ ਰਹੇ ਸੀ ਸਿਰਫ ਆਪਣੇ ਗੁਰੂ ਦੀ ਬੇਅਦਬੀ ਹੋਈ ਦਾ ਇਨਸਾਫ਼ ਹੀ ਮੰਗ ਰਹੇ ਸੀ ਕੀ ਗੁਰੂ ਦੀ ਬੇਅਦਬੀ ਹੋਣ ਦਾ ਇਨਸਾਫ਼ ਮੰਗਣਾ ਸਾਡੇ ਲਈ ਇੱਥੇ ਲਾਜ਼ਮੀ ਨਹੀਂ ਹੈ कि असी सरकारां तो सवाल नहीं कर सकते 267 सरूपां दी जिहड़ी गल आ मैं घट्टो घट्ट 3 या 4 अखौती लीडरां नूं पुछ चुकिया इह गल पहलां कि तुहाडियां जबानां क्यों नहीं खुल्लियां वो 267 सरूप कित्थे गए जलंधर दे विच इक पुरातन सरूप सोने दे स्याही दे नाल दो अंग लिखे हुए वो कोई कमेटी आके चक के लै जांदी उस परिवार तो धक्के नाल उदों श्रोमणी कमेटी दे जवान क्यों नहीं खुल्लदी सिर्फ एक घटनावां जिहड़ियां मंदभागियां ने ਸਾਡਾ ਹੱਕ ਆ ਸਾਡਾ ਫਰਜ਼ ਆ ਮੀਡੀਆ ਦਾ ਕਿ ਲੋਕਾਂ ਦੇ ਸਾਹਮਣੇ ਗੱਲ ਰੱਖਣੀ ਉਸ ਚੀਜ਼ ਦਾ ਫੈਸਲਾ ਕਰਨਾ ਸੰਗਤ ਬੜੀ ਸਿਆਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਹੋਣ ਤਾਂ ਆਪਣੇ ਆਸੇ ਪਾਸੇ ਦੇ ਪ੍ਰਤੀ ਨੌਜਵਾਨ ਨੇ ਜਾਂ ਜਿਹੜੇ ਮੌਜੂਦਾ ਸਰਪੰਚ ਪੰਚਾਇਤ ਆ ਉਹ ਇਸ ਚੀਜ਼ ਦੇ ਲਈ ਜਾਗਰੂਕ ਹੋਵੋ ਤਾਂ ਕਿ ਇਹਨਾਂ ਇੱਦਾਂ ਦੀਆਂ ਘਟਨਾਵਾਂ ਨਾ ਹੋਣ ਸਾਡਾ ਦੁਖਾਂਤ ਨਾ ਵਾਪਰਿਆ ਜਾ ਸਕੇ ਸੋ ਅਸੀਂ ਆਪਣੇ ਜਿਹੜੇ ਸਿੰਘ ਸਾਹਿਬ ਨੇ ਇਹਨਾਂ ਕੋਲੋਂ ਫੁਟੇਜ ਦੀ ਲੈਣ ਦੀ ਵੀ ਕੋਸ਼ਿਸ਼ ਕਰਦੇ ਹਾਂ ਕੈਮਰਾਮੈਨ ਹੈਰੀ ਦੇ ਨਾਲ ਤਰਲੋਚਨ ਸਿੰਘ ਦੀ ਰਿਪੋਰਟ ਪ੍ਰਾਈਮ ਉਹਦੇ ਮੋਗਾ।